ਵੇਖ ਕਿੱਦਾਂ ਖਲਾਰਾ ਪਾਇਆ ਏ। ਇੱਕ ਤਾਂ ਮੈਨੂੰ ਆਹ ਮੁੰਡੇ ਦੀ ਨਹੀਂ ਸਮਝ ਆਉਂਦੀ, ਪੜ੍ਹਦਾ ਰਹਿੰਦਾ ਵੇਖ ਕਿੱਦਾਂ ਖਲੋਰਾ ਪਾਇਆ ਏ, ਮੁੜ ਕੇ ਖੇਡਣ ਭੱਜ ਜਾਂਦਾ ਵਾ, ਇਹ ਮੁੜ ਕੇ ਮੈਨੂੰ ਚੁੱਕਣਾ ਪੈਂਦਾ। ਭਾਬੀ ਕੀ ਡਿਆ ਬਣਨਾ? ਵਕਵਾਹ ਨਹੀਂ ਬਣਨਾ ਕੀ, ਆਹ ਵੇਖ ਮੁੰਡੇ ਦੇ ਕੰਮ ਕਿੱਦਾਂ ਖਲਾਰਾ ਪਾਇਆ ਈ ਇਹਨੇ। ਚੱਲ ਕੋਈ ਨਹੀਂ, ਨਿਆਣੇ ਇੱਦਾਂ ਖਲਾਰਾ ਪਾਉਂਦੇ ਹੁੰਦੇ ਆ। ਆਹ ਮੈਂ ਚੁੱਕਣ ਨੂੰ ਮਗਰ ਮਗਰ। ਤੇ ਉਹ ਮੈਂ ਸੱਚ ਆਇਆ ਕਿ ਮੈਂ ਚੱਲਿਆ ਵਾਂ ਪ੍ਰੀਤ ਨੂੰ ਲੈਣ ਵਾਸਤੇ। ਅੱਛਾ, ਤੇ ਆ ਘਰ ਦੀਆਂ ਚਾਬੀਆਂ ਰੱਖ ਲਓ, ਅਬਲ ਤੇ ਮੈਂ ਆ ਹੀ ਜਾਣਾ ਸ਼ਾਮਾਂ ਤੱਕ, ਤੇ ਜੇ ਨਾ ਆਇਆ ਤੇ ਜਾ ਕੇ ਇੱਕ ਵਾਰੀ ਫੇਰਾ ਮਾਰ ਆਇਓ ਤੇ ਨਾਲੇ ਬਾਹਰੋਂ ਗੇਟ ਮਾਰ ਦਿਓ। ਹੈ ਠੀਕ ਆ, ਐਤਕੀ ਤੇ ਵਾਵਾ 2-4 ਦਿਨ ਲਾ ਹੀ ਹੈ। ਓਏ ਆਹੋ ਉਹਦੀ ਮੰਮੀ ਨਹੀਂ ਠੀਕ ਹੈਗੀ, ਮੈਂ ਕਿਹਾ ਚੱਲ ਕੋਈ ਗੱਲ ਨਹੀਂ 2-4 ਦਿਨ ਰਹਿ ਆ, ਭਾਬੀ ਉਹਦੀ ਵੀ ਪੇਕੇ ਗਈ ਸੀ। ਅੱਛਾ, ਤਾਂ ਕਰਕੇ ਫਿਰ ਚੱਲ ਕੋਈ ਨਹੀਂ, ਓਦਾਂ ਤਾਂ ਮੈਂ ਕੋਸ਼ਿਸ਼ ਕਰਨੀ ਹੈ ਕਿ ਮੈਂ ਸ਼ਾਮਾਂ ਨੂੰ ਆ ਜਾ। ਠੀਕ ਆ, ਤੇ ਜੇ ਮੇਰੇ ਕੋਲ ਨਾਣਾ ਆਇਆ ਗਿਆ ਤੇ ਮੈਂ ਸਵੇਰੇ ਆ ਜਾਣਾ ਵਾ। ਠੀਕ ਆ, ਠੀਕ, ਜੇ ਧੁੰਦ ਨਾ ਪਈ ਤੇ ਟਾਈਮ ਨਾਲ ਹੀ ਆ ਜਾਣਾ ਵਾ, ਤੇ ਜੇ ਧੁੰਦ ਪੈ ਗਈ ਫਿਰ 10-11 ਵੱਜ ਜਾਣੇ ਆ, ਤੁਸੀਂ ਸਵੇਰੇ ਗੇਟ ਖੋਲ ਦਿਓ, ਨਾਲੇ ਮਿਸਤਰੀਆਂ ਨੂੰ ਇੱਕ ਵਾਰੀ ਚਾਹ ਪਾਣੀ ਪਿਆਲ ਦਿਓ। ਹੈ ਕੋਈ ਗੱਲ ਨਹੀਂ, ਪਿਆਲ ਦੂੰਗੀ ਮੈਂ। ਆਹੋ ਤੇ ਸਬਜ਼ੀ ਬਣੀ ਪਈ ਆ ਪਤੀਲੇ ਵਿੱਚ, ਠੀਕ ਆ ਉਹ ਗਰਮ ਕਰਕੇ ਦੁਪਹਿਰਾਂ ਨੂੰ ਦੇ ਦਿਓ, ਅਬਲ ਉਦੋਂ ਤੱਕ ਮੈਂ ਆ ਹੀ ਜਾਣਾ ਵਾ। ਹੈ ਚੱਲ ਕੋਈ ਨਹੀਂ, ਆ ਬਸ ਇੰਨਾ ਕੁ ਕੰਮ ਕਰ ਦਿਓ। ਠੀਕ ਆ, ਬਾਕੀ ਫੇਰਾ ਪੂਰਾ ਜ਼ਰੂਰ ਮਾਰ ਲਿਓ ਇੱਕ ਵਾਰੀ ਸ਼ਾਮ ਆ ਜਾਣਾ। ਕੋਈ ਗੱਲ ਨਹੀਂ, ਤੂੰ ਫਿਕਰ ਨਾ ਕਰ, ਮੈਂ ਫੇਰਾ ਮਾਰ ਚੇਤੇ ਨਾਲ ਜ਼ਰੂਰ ਮਾਰ ਦਿਓ ਗੇਟ ਬਾਹਰੋਂ। ਠੀਕ ਆ, ਠੀਕ ਆ। ਹਾਏ ਹਾਏ, ਤੁਸੀਂ ਬਿਨਾਂ ਦੱਸਿਓ ਆ ਗਏ ਜੇ, ਕਿਤੇ ਬੰਦਾ ਫੋਨ ਫਾਨ ਹੀ ਕਰ ਲੈਂਦਾ, ਫੋਨ ਕਾਹਦੇ ਲਈ ਹੁੰਦੇ ਆ? ਕੀ ਗੱਲ, ਤੈਨੂੰ ਚੰਗਾ ਨਹੀਂ ਲੱਗਾ ਮੈਂ ਇੱਥੇ ਆਇਆ? ਤੈਨੂੰ ਤਾਂ ਵੇਖ ਕੇ ਆਇਆ ਜਿੱਦਾਂ ਗੱਸ ਹੀ ਪੈ ਗਈ ਹੁੰਦੀ ਆ। ਨਹੀਂ ਨਹੀਂ ਨਹੀਂ, ਮੈਨੂੰ ਗੱਸ ਕਿਹੜੀ ਗੱਲੋਂ ਪੈਣੀ ਆ, ਮੈਂ ਤਾਂ ਤੁਹਾਨੂੰ ਤਾਂ ਕਹਿਣੀ ਆ ਕਿ ਇੱਦਾਂ ਥੋੜਾ ਕੋਈ ਕਰਦਾ ਹੁੰਦਾ ਵਾ, ਫਿਰ ਵੀ ਤੁਸੀਂ ਦੋਵਾਂ ਦਿਨਾਂ ਬਾਅਦ ਮੈਨੂੰ ਲੈਣ ਆਉਣਾ ਸੀ, ਤੇ ਆਹ ਕੀ ਮੈਨੂੰ ਆਹ ਕੰਮ ਨਹੀਂ ਤੁਹਾਡਾ ਸਹੀ ਲੱਗਾ ਵੀ, ਕਿ ਭਾਵੇਂ ਤੁਸੀਂ ਗੁੱਸਾ ਹੀ ਕਰੋ ਵੀ। ਚੱਲ ਠੀਕ ਆ, ਗੇਟ ਖੋਲ, ਮੈਂ ਵਾਪਸ ਚੱਲ ਜਾਣਾ ਫਿਰ। ਹਾਂ, ਇੱਦਾਂ ਦੇ ਪਖੰਡ ਜੇ ਨਹੀਂ ਮੈਨੂੰ ਚੰਗੇ ਲੱਗਦੇ ਵੀ। ਅੱਛਾ, ਹੋਰ ਕੀ ਆਉਂਦੇ ਪਖੰਡ ਤੇ ਤੂੰ ਡੈਪੀਆਂ ਕਰਨਾ, ਜੇ ਗੱਡੀ 'ਚੋਂ ਪੈਰ ਵੀ ਮੇਰਾ ਭੁੰਜੇ ਪਿਆ। ਤੁਸੀਂ ਨਹੀਂ ਮੇਰੀ ਗੱਲ ਸਮਝ ਸਕਦੇ, ਫਿਰ ਤੁਸੀਂ ਬਾਅਦ 'ਚ ਦੱਸਾਂ ਕੀ ਕਹਿੰਦੇ ਨੇ, ਆਹੇ ਮੈਨੂੰ ਚੱਜ ਨਾਲ ਰੋਟੀ ਪਾਣੀ ਨਹੀਂ ਪੁੱਛਿਆ, ਮੈਨੂੰ ਚਾਹ ਪਾਣੀ ਨਹੀਂ ਚੱਜ ਨਾਲ ਪਿਆ ਲਿਆ, ਜਦੋਂ ਤੁਸੀਂ ਫੋਨ ਕਰਕੇ ਨਹੀਂ ਆਉਣਾ ਤਾਂ ਫਿਰ ਇੱਦਾਂ ਹੀ, ਤੁਹਾਨੂੰ ਪਤਾ ਹੀ ਆ, ਫਿਰ ਮੈਨੂੰ ਚੰਗਾ ਨਹੀਂ ਲੱਗਦਾ ਵੀ ਵਿੱਕੀ। ਕੋਈ ਗੱਲ ਹੋਈ ਆ? ਨਹੀਂ, ਗੱਲ ਤਾਂ ਕੋਈ ਵੀ ਨਹੀਂ ਹੋਈ ਵੀ। ਅੱਛਾ, ਜ਼ਬਾਨ ਤੇਰੀ ਤੇਰਾ ਸਾਥ ਨਹੀਂ ਦੇਣ ਦੀ, 3200 ਤੋਂ ਆਉਂਦਿਆਂ ਮੈਨੂੰ ਸਵਾਲ ਕਰ ਦਿੱਤੇ ਆ, 4-5 ਦਿਨਾਂ ਬਾਅਦ ਤੇਰੀ ਕੁੜੀ ਆਈ ਹੈ, ਕਦੇ ਤੂੰ ਉਹਦੇ ਹੱਲ ਨਹੀਂ ਵੇਖਿਆ ਹੈਗਾ, ਕੋਈ ਨਾ ਕੋਈ ਤਾਂ ਗੱਲ ਜ਼ਰੂਰ ਹੋਈ ਆ। ਲੈ ਕਰਦੀ ਨਾ ਫਿਰ ਤੁਸੀਂ ਉਹੀ ਉਹ ਗੱਲ, ਕੁੜੀ ਆਈ ਆ ਤੇ ਕੁੜੀ ਦਾ ਮੈਂ ਚਾਹ ਕੀ ਕਰਾਂ, ਕੁੜੀ ਕਿਹੜੀ ਮੇਰੇ ਨਾਲ ਲਾਗੇ ਲੱਗਦੀ ਆ, ਵੇਖਿਓ ਸੀ ਉਹਨੂੰ ਮੈਂ ਕਵਾਉਣਾ, ਉਹਨੇ ਮੇਰੇ ਲਾਗੇ ਨਹੀਂ ਆਉਣਾ ਹੈਗਾ ਵੀ। ਅੱਛਾ, ਹੋਰ ਕੀ, ਜਦੋਂ ਮਨ ਦੇ ਵਿੱਚ ਪਹਿਲਾਂ ਹੀ ਦਿੰਦੀਆਂ ਗੱਲਾਂ ਭਰ ਲੈਣੀਆਂ ਵਾ ਤੇ ਕੁੜੀ ਨੇ ਖੇਤ ਸਵਾਹ ਲਾਗੇ ਲੱਗਣਾ ਤੇਰੇ, ਆ ਤੁਹਾਨੂੰ ਕੀ ਕੀਤਾ ਵਾ? ਤੁਹਾਨੂੰ ਕੁਛ ਵੀ ਨਹੀਂ ਕੀਤਾ, ਤੁਹਾਨੂੰ ਓਦਾਂ ਹੀ ਠੰਡ ਜਿਹੀ ਲੱਗਣ ਦੀ ਸੀ ਤੇ ਮੈਂ ਰੂੰ ਜਿਹਾ ਵੀ ਲੇਟਿਆ ਕਿ ਚੱਲ ਭੀੜ ਜਿਹੀ ਬੜੀ ਹੋਈ ਜਾਣ ਦੀ ਸੀਗੀ। ਅੱਛਾ, ਚੱਲ ਆ ਚੱਲੀਏ ਮੇਹਰ। ਆ ਜਾ ਗੁਰਮੇਹਰ, ਆ ਜਾ ਆ ਜਾ।
ਚੱਲ ਰਹਿਣ ਤੇ ਨਹੀਂ ਆਉਂਦੀ ਤੇ ਪੱਟੀਆਂ ਪੜ੍ਹਾਉਂਦੀ ਆ ਇਹਨੂੰ ਵੀ ਮੈਂ ਪੱਟੀਆਂ ਪੜਾ ਦਿਆਂ ਨਹੀਂ ਆ ਕਹਿ ਦੋ ਅਗਲੇ ਹਿੱਦੇ ਹੀ ਸੁਣ ਲੈਣ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਵੀ ਐਵੇਂ ਨਾ ਗੱਲ ਨੂੰ ਵਧਾਇਆ ਕਰੋ ਫਿਰ ਤੁਸੀਂ ਕਹਿੰਦੇ ਸੱਚੀ ਕਾਂਡਿਆ ਵਾ ਝੂਠੀ ਨਹੀਂ ਕਾਂਡਿਆ ਕਿਉਂ ਨੂੰ ਕਹਿਣ ਦੀ ਤੂੰ ਸੁਣ ਵੀ ਲਊਗਾ ਤੇ ਮੈਨੂੰ ਕਿਸੇ ਦਾ ਡਰ ਨਹੀਂ ਮਾਰਿਆ ਹੈਗਾ ਆਹੋ ਆ ਜਾਓ ਹੁਣ ਆ ਜਾਓ ਹੁਣ ਨਾ 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 ਸੱਚੀ ਇਹਦੀ ਤੇ ਨਾ ਬਾਜ ਵਾਲੀ ਆਖਾ ਉਹਦੇ ਹੀ ਵੇਖ ਲਿਆ ਵਾ ਕਿ ਆਹ ਇਹਦੀ ਤੁਹਾਨੂੰ ਕੀ ਹੋਇਆ ਅਜੇ ਤੇ ਜਦੋਂ ਮੰਮੀ ਦੇ ਇਹਨੇ ਗੁੱਟ ਵੇਖਣਾ ਨਾ ਇਹਨੇ ਤੇ 100 ਗੱਲਾਂ ਕਰਨੀਆਂ ਕੀ ਹੋਇਆ ਕੀ ਨਹੀਂ ਹੋਇਆ ਐਵੇਂ ਤਾਂ ਨਹੀਂ ਮੇਰਾ ਨਾਂ ਭੁੰਜਾ ਪਾਇਆ ਇਹ ਤੇਜ਼ ਹੀ ਬੜਾ ਵਾ ਹਾਏ ਰੱਬਾ ਕੀ ਕਰਾਂ ਇੱਦਾਂ ਕਰਦੀ ਹਾਂ ਇਹਨਾਂ ਨੂੰ ਕਹਿੰਦੀ ਹਾਂ ਕਿ ਚੱਲੀਏ ਪਿੰਡ ਮੇਰਾ ਜੀ ਨਹੀਂ ਲੱਗਣ ਡਿਆ ਇੱਥੇ ਬਹਾਨਾ ਜਿਹਾ ਮਾਰਦੀ ਹਾਂ ਜੇ ਤਾਂ ਇੱਥੇ ਰਹਿ ਪਏ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਣਾ ਇਹ ਨਾ ਹੋਵੇ ਮੇਰੇ ਮੋਟਰ 'ਤੇ ਹੋ ਜਾਣਾ ਮਨਾ ਆਪਣੇ ਮੋਟਰ 'ਤੇ ਹੋਣ ਤਾਂ ਵਿਚਾਲਾ ਠੰਡ 'ਤੇ ਅੱਗੇ ਬੜੀ ਆ ਵਿੱਕੀ ਇਹਨੂੰ ਬੂਟ ਬਾਟ ਹੀ ਪਾ ਲਏ ਹੋਣੇ ਸੀ ਆ ਕੀ ਉਹਦਾ ਜਲੂਸ ਜਿਹਾ ਕੱਢ ਲਿਆ ਜੇ ਤੁਸੀਂ ਪਾਏ ਹੀ ਬੂਟ ਉਹਨੇ ਲਾ ਤੇ ਆ ਗੱਡੀ ਦੇ ਵਿੱਚ ਅੱਛਾ ਤੋ ਪਾਣੀ ਲਿਆਵਾਂ ਤੁਹਾਡੇ ਲਈ ਨਹੀਂ ਰਹਿਣ ਦੇ ਠੰਡਾ ਲਿਆਵਾਂ ਆਹੋ ਬਰਫ਼ ਪਾ ਕੇ ਸਕੰਜਵੀ ਬਣਾ ਲਾ ਠੰਡਾ ਲਿਆਵਾਂ ਪਾਣੀ ਲਿਆਵਾਂ ਇਹ ਕਹਾ ਕਿੱਦਾਂ ਦੀ ਭਲਾ ਗੱਲ ਹੋਈ ਨਾਲੇ ਮੈਂ ਚਾਹ ਪਾਣੀ ਪੁੱਛਦੀ ਹਾਂ ਤੇ ਨਾਲੇ ਫਿਰ ਤੁਸੀਂ ਮੈਨੂੰ ਵੀ ਕਿਸੇ ਦਿਨ ਗੱਲਾਂ ਕਰਦੇ ਰਹਿੰਦੇ ਜੇ ਗੱਲਾਂ ਤੂੰ ਆਪ ਕਰਵਾਉਂਦੀ ਆ ਸਾਰੇ ਪੁੱਛਦੇ ਆਏ ਗਏ ਨੂੰ ਤੂੰ ਰੋਕਾਰ ਨਹੀਂ ਪੁੱਛਦੀ ਹੈਗੀ ਨਾਲੇ ਤੂੰ ਚਾਹ ਪਾਣੀ ਤੇ ਮੈਨੂੰ ਪੁੱਛਿਆ ਹੀ ਨਹੀਂ ਤੂੰ ਕਹਿੰਦੇ ਪੁੱਛਣ ਦੀ ਪਾਣੀ ਲਿਆਵਾਂ ਠੰਡਾ ਲਿਆਵਾਂ ਚੰਗਾ ਭਲਾ ਪਤਾ ਵੀ ਕਿੰਨੀ ਠੰਡ ਪੈਣ ਦੀ ਆ ਆਉਂਦਾ ਬੰਦਾ ਚਾਹ ਚੂ ਬਣਾਉਂਦਾ ਵਧੀਆ ਜੀ ਰੱਖ ਕੇ ਅਦਰਕ ਲਾਚੀਆਂ ਵਾਲੀ ਕਦੋਂ ਦਾ ਆਇਆ ਮੈਂ ਨਾ ਤੇਰਾ ਭਰਾ ਆਇਆ ਨਾ ਤੇਰੀ ਮਾਂ ਆਈ ਤਾਈਓ ਤੇ ਮੈਂ ਕਹਿਣ ਦੀ ਸੀ ਕਿ ਫੋਨ ਕਰਕੇ ਆਉਂਦੇ ਤੇ ਅਗਵਾਂਡੀ ਉਹਨਾਂ ਨੇ ਖਲੋਤੇ ਹੋਣਾ ਸੀ ਬੂਏ ਅੱਗੇ ਅੱਛਾ ਹੋਰ ਕੀ ਆਹੋ ਗਲਵਾਂਡੀ ਤੁਸੀਂ ਕੇਤਲੀ ਲੈ ਕੇ ਖਲੋਤੇ ਹੋਣਾ ਸੀ ਵੀ ਆਉਂਦਿਆ ਵਾ ਆਉਂਦਿਆ ਆਉਂਦਿਆ ਉਹਨੂੰ ਚਾਹ ਪਾ ਦੇਣੀ ਗਰਮ ਗਰਮ ਐਵੇਂ ਨਾ ਇੱਦਾਂ ਦੀ ਗੱਲਾਂ ਕਰੀ ਜਾਓ ਉਹ ਵੀਰ ਜੀ ਤੇ ਘਰ ਨਹੀਂ ਹੈਗੇ ਵੀ ਤੇ ਮੰਮੀ ਤੇ ਰਜਾਈ 'ਚ ਬੈਠੇ ਆ ਮੰਮੀ ਆਪ ਨਹੀਂ ਸੀ ਠੀਕ ਚਲੋ ਕੋਈ ਨੀ ਮੈਂ ਬੁਲਾ ਕੇ ਲਿਆਉਂਦੀ ਹਾਂ ਮੰਮੀ ਨੂੰ ਆਹੋ ਬੁਲਾਇਆ ਹੀ ਆਉਣਾ ਵਾ ਉਦਾਂ ਕਿਹੜਾ ਪਤਾ ਲੱਗਾ ਵਾ ਗੱਡੀ ਆਈ ਆ ਅੰਦਰ ਹਾਰਨ ਵੱਜਾ ਵਾ ਪਤਾ ਕਿੱਥੋਂ ਲੱਗਾ ਹੋਣਾ ਉਹਨਾਂ ਨੂੰ ਵੀ ਕੋਈ ਆਇਆ ਵਾ ਹਨਾ ਉਹ ਪਿਛਲੇ ਕਮਰੇ ਦੇ ਵਿੱਚ ਵਾ ਨਹੀਂ ਲੱਗਾ ਪਤਾ ਐਡੇ ਵੀ ਨਹੀਂ ਹੈਗੇ ਕਿ ਭਲਾ ਤੁਹਾਡੇ ਆਏ ਗਏ ਅਗਲੇ ਨੂੰ ਪਤਾ ਨਾ ਲੱਗੇ ਤੇ ਤੁਹਾਨੂੰ ਮਿਲਣ ਨਾ ਆਉਣ ਉਹ ਕਿਹੜੇ ਤੁਹਾਡੇ ਨਾਲ ਗੁੱਸੇ ਨਾਰਾਜ਼ ਆ ਤੇ ਮੈਂ ਕਦੋਂ ਕਹਿੰਦਾ ਗੁੱਸੇ ਨਾਰਾਜ਼ ਆ ਮੈਂ ਇਹ ਕਹਿੰਦਾ ਵੀ ਗੱਡੀ ਆਈ ਆ ਹਾਰਨ ਵੱਜਾ ਵਾ ਆ ਜਾਣਾ ਚਾਹੀਦਾ ਉਹ ਗੁੱਸੇ ਨਾਰਾਜ਼ ਤੇ ਨਹੀਂ ਹੈਗੇ ਤੁਹਾਡੇ ਨਾਲ ਪਰ ਜਿੱਦਾਂ ਦੀਆਂ ਤੁਸੀਂ ਹੁਣ ਗੱਲਾਂ ਕਰਦੇ ਜੇ ਨਾ ਤੇ ਹੋ ਉਹਨਾਂ ਨੇ ਜ਼ਰੂਰ ਜਾਣਾ ਜੇ ਕੋਈ ਨਹੀਂ ਹੋ ਜਾਣਗੇ ਤੇ ਮੈਨੂੰ ਕਿਹੜਾ ਰਾਹ ਨਹੀਂ ਹੁੰਦਾ ਕਰੋ ਕੀ ਖਾ ਕੇ ਆਏ ਆ ਕਿਹੜੇ ਗੱਲ ਲੜਾਈ ਕਰੀ ਜਾਂਦੇ ਤੇ ਕਿ ਨਾਲੇ ਮੈਂ ਕਿੱਥੋਂ ਲੜਾਈ ਕਰਨ ਡਿਆ ਵਾ ਮੈਂ ਦੱਸਣ ਡਿਆ ਵਾ ਵੀ ਜਵਾਈ ਭਾਈ ਆਇਆ ਵਾ ਕੋਈ ਆਏਗਾ ਇਹਦਾ ਕੋਈ ਸਲੀਕਾ ਹੁੰਦਾ ਵਾ ਕੋਈ ਇਸਤਕਬਾਲ ਕਰਦਾ ਹੁੰਦਿਆਂ ਨੂੰ ਪਰ ਕਿੱਥੇ ਇੱਥੇ ਤੇ ਕਿਸੇ ਨੂੰ ਲੱਥੀ ਚੜੀ ਨਹੀਂ ਹੈਗੀ ਜਿਹੜੀ ਗੱਲ ਮੈਂ ਕਹਿੰਦੀ ਉਹ ਗੱਲ ਤੇ ਤੁਸੀਂ ਵੀ ਨਹੀਂ ਆਉਂਦੇ ਹੈਗੇ ਮੈਂ ਚੰਗਾ ਹੋਵਾਂ ਤਾਂ ਪਹਿਲਾਂ ਆਉਂਦਿਆਂ ਬੰਬ ਸੁੱਟਿਆ ਕਰਾਂ ਅੰਦਰ ਸਾਰੇ ਟੱਬਰ ਨੂੰ ਪਤਾ ਲੱਗ ਜਾਵੇ ਵੀ ਕੋਈ ਆਇਆ ਵਾ ਮਿਹਰ ਸੁੱਟੀਏ ਨਾਨਕਿਆਂ ਦੇ ਬੰਬ ਸੁੱਟੀਏ ਲਿਆ ਕੱਢ ਫਿਰ ਆ ਜਾਣਾ ਟੋਪੀ ਚੜਾਇਆ ਬੰਬ ਇਹੋ ਹੀ ਸੁੱਟ ਵੀ ਗਏ ਹੈ ਚੱਲ ਠੀਕ ਆ ਨਹੀਂ ਸੁੱਟ ਦੇ ਮਾੜਾ ਵਾਲਾ ਬਾਬਾ ਇੱਥੇ ਉਦਾਂ ਨਾ ਮਾਦਰੀ ਵੱਢਣ ਵਾਲੀ ਆ ਮੰਮੀ ਜੀ ਵਿੱਕੀ ਆ ਗਏ ਬਾਹਰ ਹਾਏ ਇਹ ਕਿੱਧਰੋਂ ਆ ਗਿਆ
ਨਾ ਕੋਈ ਫੋਨ ਨਾ ਕੋਈ ਕੁਛ ਨਾ ਤਾਂ ਨਾ ਪਤਾ। ਉੱਠ ਕੇ ਤੇ ਬਹੁਤ ਨਾ ਪਤਾ ਦੇ ਲੱਗਦੇ ਹੋ, ਜਾਓ ਉਹਨਾਂ ਨੂੰ ਮਿਲੋ ਹੁਣ। ਜਾ ਉਹਨੂੰ ਆਖ ਇੱਥੇ ਆ ਜੇ, ਮੈਨੂੰ ਨਿੱਘ ਲੱਗਾ ਹੁਣ, ਨਹੀਂ ਮਰਜ਼ੀ ਕਰਦਾ ਉੱਠ ਨੂੰ। ਅੱਛਾ ਤੁਸੀਂ ਇੱਥੇ ਨਿੱਘੇ ਹੋਏ ਬੈਠੇ ਜੇ, ਉਹ ਉੱਥੇ ਤੱਤਾ ਹੋਇਆ ਬੈਠਾ ਜੇ। ਆਇਆ ਉਹ ਕਿ ਤੱਤਾ ਹੋਇਆ ਵਾ, ਉਹ ਬੜਾ ਗਰਮ ਆ, ਮੈਨੂੰ ਨਹੀਂ ਜੇ ਪਤਾ। ਉੱਠੋ ਵੀ ਮੰਮੀ, ਮੈਂ ਸਗੋਂ ਕਹਿਣ ਦੀ ਉੱਠੋ ਤੇ ਸਹੀ, ਮੇਰੀ ਗੱਲ ਤੇ ਸੁਣ ਲੈ, ਮਜ਼ੇ ਨਾਲ ਲੰਮੀ ਪਈ ਮੈਨੂੰ ਹੱਥਾਂ ਪੈਰਾਂ ਦੀ ਪਈ ਹੈ ਤੇ ਤੁਹਾਨੂੰ ਮਾਂ। ਮੇਰੀ ਗੱਲ ਸੁਣੋ, ਇੱਦਾਂ ਕਰੀਏ ਚਾਹ ਪਾਣੀ ਪੈ ਲਈਏ ਤੇ ਵੀਰ ਜੀ ਦੇ ਆਉਣ ਤੋਂ ਪਹਿਲਾਂ ਆਪਾਂ ਚੱਲ ਜਾਣਾ ਵਾ। ਉਹਨੂੰ ਕਿਸੇ ਗੱਲ ਦਾ ਹੀ ਨਾ ਪਤਾ ਲੱਗੇ, ਜੇ ਵੀਰ ਜੀ ਦੇ ਮੱਥੇ ਲੱਗ ਗਿਆ ਨਾ ਸਾਰਾ ਭੰਡ ਫਟ ਜਾਣਾ ਜੇ ਸਾਡੇ ਸਿਰ 'ਤੇ। ਚੱਲ ਇਹ ਵੀ ਗੱਲ ਠੀਕ ਆ, ਤਾਂ ਤਾਂ ਮੈਂ ਕਹਿਣ ਦੀ ਮੰਮੀ ਨਾ ਟਾਈਮ ਵੇਸਟ ਕਰੋ, ਉੱਠ ਤੋਂ ਰਹੋਗੀ। ਆ ਵੀ ਪਾ ਲਓ ਕੇ ਹਾਏ ਹਾਏ, ਆ ਜੱਬ ਕਰਨਾ ਪੈਣਾ, ਚੇਤਾ ਹੀ ਭੁੱਲ ਜਾਂਦਾ ਚਾਉਣਿਆ। ਮੰਮੀ ਸੱਚ ਹੀ ਕਿਹਾ ਸਿਆਣਿਆਂ ਨੇ, ਇੱਕ ਝੂਠ ਰੁਕਾਉਣ ਲਈ ਨਾ 100 ਝੂਠ ਬੋਲਣਾ ਪੈਂਦਾ ਵਾ, ਸਾਡੇ ਨਾਲ ਤਾਂ ਉਹੀ ਕੰਮ ਹੋਣ ਡਿਆ ਜੇ। ਹੋਰ ਕੀ, ਸੱਟ ਦਾ ਚੇਤਾ ਹੀ ਭੁੱਲ ਜਾਂਦਾ, ਮੈਨੂੰ ਸੱਟ ਲੱਗੀ ਹੈ, ਪੀੜ ਤਾਂ ਹੋਵੇ ਤਾਂ ਹੀ ਸੱਟ ਲੱਗਾ ਪਤਾ ਲੱਗੇ। ਨਾ ਤੇਜ਼ ਮੁੰਡਾ ਵਾ ਨਾ, ਕਿਤੇ ਮੈਨੂੰ ਉਹਦੇ ਪੁੱਛਣਾ ਪਿਆ ਤੇਰੀ ਧੋਣ 'ਤੇ ਕੀ ਹੋਇਆ। ਹੈਂ ਹੋਰ ਕੀ, ਫਿਰ ਤੂੰ ਕੀ ਕਿਹਾ? ਮੈਂ ਕਿਹਾ ਉਹ ਠੰਡ ਦੇ ਕਰਕੇ ਧੋਣ ਦੁਖਦੀ ਬੜੀ ਸੀ ਤੇ ਮੈਂ ਤਾਂ ਪੱਟੀ ਨੂੰ, ਆਹ ਕੀ ਕਹਾਂਗੇ ਹੁਣ, ਮੈਂ ਬਾਨਾ ਮਾਰ ਲੂੰਗੀ, ਕਹਾਂਗੇ ਬਾਥਰੂਮ 'ਚ ਡਿੱਗ ਗਏ ਸੀ, ਆ ਜਾਓ ਕਿ ਗੁੱਟ ਨੂੰ ਸੱਟ ਲੱਗ ਗਈ ਆ। ਠੰਡ ਬੜੀ ਆ ਨਾ। ਹਾਂ ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਮੰਮੀ ਜੀ? ਕੀ ਕਰਾ ਲਿਆ ਵਾ? ਆ ਬਾਂਹ ਤੇ ਭਰਾਵਾ ਬਾਥਰੂਮ 'ਚ ਡਿੱਗ ਪਈ ਹਾਂ, ਨਾਲੇ ਲੱਕ ਨੂੰ ਜ਼ੋਰ ਆ ਗਿਆ ਤੇ ਨਾਲੇ ਆ ਗੁੱਟ ਜਾ ਹਿੱਲ ਜਾ ਗਿਆ ਆ। ਉਹਨੇ ਵੀ ਧੋਣ ਤੇ ਲਵਾਈ ਆ, ਤੁਸੀਂ ਵੀ ਬਾਂਹ ਤੇ ਲਵਾਈ ਆ, ਕਿਤੇ ਮਾਵਾਂ ਦੀ ਆਪਸ ਵਿੱਚ ਤਾਂ ਨਹੀਂ ਲੜ ਪਈਆਂ, ਮੈਨੂੰ ਝੂਠ ਬੋਲੀ ਜਾਂਦੀਆਂ? ਨਹੀਂ ਨਹੀਂ ਭਰਾਵਾ, ਆਪਸ ਵਿੱਚ ਕਿੱਥੇ ਲੜੀਆਂ ਵਾ, ਮੈਂ ਤਾਂ ਬਾਥਰੂਮ 'ਚ ਡਿੱਗੀ ਹਾਂ ਤੇ ਇਹਦੇ 'ਤੇ ਉਂਝ ਠੰਡ ਜਿਹਦੇ ਨਾਲ ਮੋਰਾਂ ਪੀੜ ਕਰਨ ਡੈ ਪਈਆਂ ਨੇ। ਵੇਖਿਆ, ਚਲੋ ਕੋਈ ਨਹੀਂ, ਇਹਦੀਆਂ ਮੋਰਾਂ ਦੇ ਘਰ ਜਾ ਕੇ ਠੀਕ ਹੋ ਜਾਣੀਆਂ। ਬਣਾਇਆ ਚਾਹ ਪਾਣੀ ਕੁਛ? ਹਾਂਜੀ ਮੰਮੀ, ਮੈਂ ਚਾਹ ਧਰ ਕੇ ਆਈ ਹਾਂ ਅਤੇ ਉਹ ਮੈਂ ਕੱਪੜੇ ਕੁਪੜੇ ਬੈਗ 'ਚ ਪਾ ਲੈਂਦੀ ਹਾਂ, ਫਿਰ ਜਾਣਾ ਹੀ ਆਪਾਂ ਘੜੀ ਨੂੰ। ਮੈਂ ਤਾਂ ਰਾਤ ਰਹਿਣਾ ਆ ਵਾਂ ਤੇ ਤੂੰ ਕਹਿਣ ਡਈ ਆ ਜਾਣਾ ਹੀ ਆ ਘੜੀ ਨੂੰ। ਹਾ ਹਾਏ ਵਿੱਕੀ, ਨਵੀਂ ਕੋਠੀ ਸੁਣੀ ਨਹੀਂ ਛੱਡੀ ਦੀ ਹੋਈ ਦੀ? ਮੰਮੀ ਹੁਣੇ ਆਉਂਦੇ ਹੁੰਦੇ ਲੋਕੀ ਜਾਦੂ ਟੂਣਾ ਕਰ ਦਿੰਦੇ ਹੁੰਦੇ ਆ ਕੋਠੀ ਦੇ ਵਿੱਚ। ਜਾਦੂ ਟੂਣੇ ਤੇਰੇ ਹੁੰਦੇ ਸਾਡੇ ਘਰ 'ਤੇ ਕੋਈ ਜਾਦੂ ਟੂਣਾ ਕਰ ਜੇ? ਹੋ ਹੀ ਨਹੀਂ ਸਕਦਾ, ਕਾਲੇ ਇਲਮ ਸਾਰੇ ਤਾਂ ਤੈਨੂੰ ਆਉਂਦੇ ਆ। ਹਾਂ ਹਾਂ ਪੁੱਤ, ਪ੍ਰੀਤ ਸਹੀ ਕਹਿਣ ਡਈ ਆ, ਸਿਆਣੀ ਬੜੀ ਆ ਮੇਰੀ ਧੀ, ਜਾਦੂ ਟੂਣੇ ਹੋ ਜਾਂਦੇ ਆ ਵਾਕਈ, ਸੁਣੀ ਨਹੀਂ ਛੱਡੀ ਦੀ ਕੋਠੀ। ਉਹ ਨਹੀਂ ਹੁੰਦੇ ਮੰਮੀ ਜੀ, ਉਹਨੂੰ ਪਤਾ ਵਾ ਜਾਦੂ ਟੂਣੇ ਕੁਛ ਨਹੀਂ ਹੁੰਦਾ, ਬਸ ਗੱਲਾਂ ਹੀ ਬਣੀਆਂ ਵਾ, ਅਫਵਾਹਾਂ ਹੀ ਆ, ਹੁੰਦਾ ਹੁੰਦਾ ਕੁਛ ਨਹੀਂ ਆ, ਪਤਾ ਨਾ ਤੈਨੂੰ? ਆਹੋ ਉਦਾਂ ਤੇ ਪਤਾ ਹੀ ਆ ਮੈਨੂੰ। ਆਹੋ ਤਾਂ ਫਿਰ ਆਹ ਗੱਲਾਂ ਛੱਡੋ ਤੁਸੀਂ, ਉਦਾਂ ਨਾ ਤੁਹਾਡੀ ਧੀ ਦਾ ਇੱਕ ਹਿਸਾਬ ਲਾਇਆ, ਆਏ ਗਏ ਨੂੰ ਕਦੀ ਨਹੀਂ ਇਹਨੇ ਟਾਈਮ ਦੇ ਨਾਲ ਨਾ ਚਾਹ ਪਾਣੀ ਪੁੱਛਿਆ ਨਾ ਪਿਆ ਲਿਆ, ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਸੁਣ ਲਓ ਇਹਦੇ ਕੋਲੋਂ, ਉਹ ਲੜੀ ਨਹੀਂ ਟੁੱਟਣ ਦਿੰਦੀ, ਪਰ ਚਾਹ ਪਾਣੀ ਨਹੀਂ ਟਾਈਮ ਨਾਲ ਪਿਆ ਲੈਣਾ ਕਿਸੇ ਨੂੰ। ਗੁੱਸਾ ਨਾ ਕਰਿਓ ਮੰਮੀ ਮੇਰੀ ਗੱਲ ਦਾ, ਉੱਦਾਂ ਤੁਹਾਡੀ ਕੁੜੀ ਨਾਲੋਂ ਨਾ ਤੁਹਾਡੀ ਨੂੰਹ ਇੱਥੇ ਹੁੰਦੀ, ਹੁਣ ਨੂੰ ਚਾਹ ਰੱਖੀ ਹੋਣੀ ਸੀ ਉਹਨੇ ਇੱਥੇ, ਇਹਨੂੰ ਤਾਂ ਬਸ ਅੱਖਾਂ ਕੱਢਣੀਆਂ ਹੁੰਦੀਆਂ। ਚਾਹ ਧਰੀ ਹੁਣ, ਚਾਹ ਭਾਂਡੇ 'ਚ ਟਾਈਮ ਲੱਗਣਾ ਹੀ, ਤੁਹਾਨੂੰ ਪਤਾ ਹੁਣ ਸਿਆਲ ਦੇ ਵਿੱਚ ਗੈਸ ਜੰਮੀ ਹੁੰਦੀ ਸਿਲੰਡਰਾਂ ਦੇ ਵਿੱਚ, ਸਿਲੰਡਰ ਵੀ ਹੌਲੀ ਹੌਲੀ ਚੱਲਦੇ ਆ। ਜਾ ਥੋੜ੍ਹੀ ਜਿਹੀ ਬਣਾ ਲਿਆ ਚਾਹ, ਛੇਤੀ ਬਣਾ ਲਿਆ, ਠੰਡ 'ਚ ਆਇਆ ਉਹ ਵੀ। ਤੁਹਾਡਾ ਸਿਲੰਡਰ ਕੁਛ ਜ਼ਿਆਦਾ ਜੰਮਿਆ ਜਾ ਆਪਦਾ। ਵੇ ਨਾ ਗੁੱਸਾ ਕਰਿਆ ਕਰ, ਅਜੇ ਨਿਆਣੀ ਆ। ਆਹੋ ਕੇ 3.5 ਸਾਲਾਂ ਦੀ ਕੁੜੀ ਹੋ ਗਈ, ਇਹਨੇ ਸਾਰੀ ਉਮਰ ਨਿਆਣੀ ਰਹਿਣਾ, ਨਾਲੇ ਮੰਮੀ ਜਿਹੜੇ ਹੱਥ 'ਤੇ ਸੱਟ ਲੱਗੀ ਇਹਨੂੰ ਘੱਟ ਹਿਲਾਓ। ਆਹੋ ਭਰਾ ਦੁੱਖ ਜਾਂਦਾ ਝਾਟੀ, ਲੱਗਦਾ ਚੇਤਾ ਭੁੱਲ ਜਾਂਦਾ ਕਿ ਸੱਟ ਲੱਗੀ ਆ। ਹਾਏ ਵੇ ਪੁੱਤ, ਹਾਂ ਕਿੱਦਾਂ ਦੀ ਤੂੰ ਗੱਲ ਕਰ ਦਿੱਤੀ, ਤੈਨੂੰ ਤਾਂ ਹਾਸਾ ਚੁੱਝਣ ਡਿਆ ਆ, ਮੇਰੀ ਤਾਂ ਪੀੜ ਨਾਲ ਜਾਨ ਨਿਕਲਣ ਡਈ ਆ, ਉੱਤੋਂ ਠੰਡ, ਮੈਂ ਤਾਂ ਹੀ ਉਹ ਦਰਜਾਈ 'ਚ ਪਈ ਹਾਂ, ਇੰਨਾ ਮੇਰਾ ਮੰਦਾ ਹਾਲ ਤੇ ਬੰਕੇ ਦਿਹਾੜੇ ਆ, ਮੇਰੇ ਕੋਲ
ਨਿਕਲਿਆ ਨਹੀਂ ਜਾਣ ਡਿਆ ਰਜਾਈ ਚੋਂ। ਮੈਂ ਪ੍ਰੀਤ ਨੂੰ ਕਹਿਣ ਡਈ ਹਾਂ ਵਿੱਕੀ ਨੂੰ ਇੱਥੇ ਘੱਲ ਦੇ, ਮੇਰੀ ਪੀੜ ਬੜੀ ਹੋਣ ਡਈ ਮੇਰੇ, ਹੁਣ ਸਗੋਂ ਬਾਹਰ ਨਿਕਲੀ ਇੱਥੇ ਸਗੋਂ ਜਾਣ ਨਿਕਲ ਡਈ ਆ, ਹੱਥ ਮੈਂ ਢੱਕ ਕੇ ਰੱਖਾਂਗੇ ਤੇ ਫੇਰ ਗੱਲ ਬਣਨੀ। ਹਾਏ ਆਹ ਤੂੰ ਲੱਕ ਦੁਖਣ ਡਿਆ ਆ, ਨਹੀਂ ਤੂੰ ਵੇਖਿਆ ਤੂੰ ਪਤਾ ਲੈਣ ਛੱਡਿਆ, ਤੂੰ ਮੈਨੂੰ ਮਜ਼ਾਕ ਕਰਨ ਡਿਆ ਵਾ। ਓ ਮੰਮੀ ਜੀ ਗੁੱਸਾ ਕਿਹੜੀ ਗੱਲੋਂ ਕਰਦੇ ਜੇ, ਮੈਂ ਤਾਂ ਸਗੋਂ ਤੁਹਾਡਾ ਭਲਾ ਸੋਚਣ ਡਿਆ ਵੀ ਨਾ ਇੰਨਾ ਹੱਥ ਹਿਲਾਓ, ਐ ਹੋਵਰੇ ਜਿਹੜੀਆਂ ਹੱਡੀਆਂ ਵਾ ਨਾ ਸੈੱਟ ਨਹੀਂ ਪੈਂਦੀਆਂ ਥੋੜੀ ਕੀਤੇ, ਜਿੰਨਾ ਹੱਥ ਘੱਟ ਹਿਲਾਓਗੇ ਓਨੀ ਛੇਤੀ ਸੈੱਟ ਹੋਊਗਾ ਗੁੱਟ ਤੁਹਾਡਾ। ਤੁਹਾਨੂੰ ਲੱਗਣ ਡਿਆ ਕਿ ਮੈਂ ਮਜ਼ਾਕ ਕਰਨ ਡਿਆ? ਆਹ ਤਾਂਹੀਓ ਜਾ ਕੇ ਮੈਨੂੰ ਅੰਦਰ ਜਾ ਕੇ ਹਾਲ ਚਾਲ ਪੁੱਛ ਲਿਆ, ਜੇ ਮੈਂ ਤੈਨੂੰ ਮਿਲਣਾ ਹੀ ਆ ਤੇ ਤਾਂਹੀਓ ਤੂੰ ਮੈਨੂੰ ਹੁਣ ਪੁੱਛ ਲਿਆ ਵਾ। ਤੇ ਮੈਨੂੰ ਕਿਹੜਾ ਪ੍ਰੀਤ ਨੇ ਦੱਸਿਆ ਕਿ ਮੰਮੀ ਦਾ ਗੁੱਟ ਹਿਲਿਆ ਵਾ? ਤਾਂ ਹੁਣ ਤਾਂ ਤੈਨੂੰ ਲੱਭਣ ਡਿਆ ਸੀ ਨਾ, ਹੁਣ ਜਦੋਂ ਲੱਭਿਆ ਤਾਂ ਹੁਣ ਪੁੱਛ ਲਿਆ ਵਾ, ਹੁਣ ਕੀ ਹੋਇਆ ਦੱਸ। 20 ਗੱਲਾਂ ਤੂੰ ਕੀਤੀਆਂ ਨੇ ਮਜ਼ਾਕ ਕਰਨ ਡਿਆ ਨਾ। 20 ਗੱਲਾਂ ਕਰਤੀਆਂ ਇਹ ਜੀ, ਨਾਲੇ ਮੰਮੀ ਪ੍ਰੀਤ ਕਹਿਣ ਡਈ ਕਵਲ ਨਹੀਂ ਘਰ ਹੈਗਾ, ਕਿੱਥੇ ਗਿਆ ਵਾ, ਕਦੋਂ ਕੁ ਤੱਕ ਆਉਣਾ ਉਹਨੇ? ਕੀ ਪਤਾ ਕਦੋਂ ਕੁ ਤੱਕ ਆਉਣਾ ਆ, ਉਹ ਕਿਹੜਾ ਕਿਸੇ ਨੂੰ ਪੁੱਛ ਗਿੱਛ ਕੇ ਜਾਂਦਾ ਵਾ, ਆਪਣੀ ਮਰਜ਼ੀਆਂ ਕਰਦਾ ਫਿਰਦਾ ਵਾ, ਜੀ ਕਰੇ ਤੇ ਹੁਣੇ ਆ ਜੇ ਤੇ ਜੀ ਕਰੇ ਤੇ ਰਾਤ ਬਾਹਰ ਹੀ ਰਹਿ ਲੇ। ਪ੍ਰੀਤ ਤਾਂ ਕਹਿੰਦੀ ਸੀ ਕਿ ਇਕੱਲੀ ਨੂੰਹ ਤੁਹਾਡੀ ਕਹਿਣੇ ਚੋਂ ਬਾਹਰ ਹੋਈ ਆ, ਮੈਨੂੰ ਤਾਂ ਲੱਗਦਾ ਪੁੱਤ ਵੀ ਕਹਿਣੇ ਬਾਹਰ ਹੋ ਗਿਆ। ਇਹ ਟਾਈਮ ਤੇ ਇਹੋ ਕੁਛ ਹੀ ਹੋਣ ਡਿਆ ਵਾ, ਦੋਵੇਂ ਕਹਿਣੇ ਤੋਂ ਬਾਹਰ ਆ। ਚਲੋ ਕੋਈ ਗੱਲ ਨੀ, ਮੈਂ ਉਹਨੂੰ ਫੋਨ ਕਰਦਾ, ਉਹਨੇ ਹੁਣੇ ਆ ਜਾਣਾ, ਕਿਹੜੀ ਗੱਲ ਵਾ। ਨਾ ਨਾ ਪੁੱਤ ਫੋਨ ਨਾ ਉਹਨੂੰ ਕਰੀ, ਉਹ ਨੀ ਉਹ ਕਿਸੇ ਨੂੰ ਮੂੰਹ ਸਿਰੋਂ ਬੋਲਦਾ ਹੈਗਾ, ਛੱਡ ਫੋਨ, ਫੋਨ ਨਾ ਕਰੀ ਮੇਰਾ ਪੁੱਤ। ਨਹੀਂ ਇਦਾਂ ਕਿੱਦਾਂ ਵੱਧ ਘੱਟ ਬੋਲੂਗਾ ਮੈਨੂੰ, ਮੈਂ ਉਹਨੂੰ ਕਿਹੜਾ ਕਹਿ ਕਿਹਾ ਆ? ਔਰ ਤੁਸੀਂ ਤੇ ਭਾਵੇਂ ਉਹਨੂੰ ਕੁਛ ਨਹੀਂ ਕਿਹਾ, ਪਰ ਉਹ ਆਪਣੀ ਜਨਾਨੀ ਦਾ ਗੁੱਸਾ ਕੱਢਦਾ ਫਿਰਦਾ ਵਾ, ਐਵੇਂ ਫਿਰ ਬੋਲੂਗਾ ਤੁਹਾਨੂੰ ਵੀ? ਤਾਂ ਤਾਂਹੀਓ ਤਾਂ ਮੈਂ ਕਹਿਣ ਡਈ ਆ ਵੀ ਤੁਹਾਡੇ ਦੋਵਾਂ ਜੀਆਂ 'ਚ ਤਾਂ ਨਾ ਕੋਈ ਅਣਬਣ ਹੋਵੇ, ਉਹਨਾਂ ਦੀ ਤਾਂ ਹੁਣ ਹੋਈ ਹੋਈ ਆ। ਉਹ ਪਰਾ ਕਿੰਨਾ ਔਖਾ ਰਹਿੰਦਾ ਆਪਣੀ ਜਨਾਨੀ 'ਤੇ, ਐਵੇਂ ਆਵਾ ਤਾਂ ਬਈ ਬੋਲੀ ਜਾਂਦਾ, ਹੁਣ ਮੈਨੂੰ ਸਮਝ ਨਹੀਂ ਲੱਗਦੀ, ਮੈਨੂੰ ਤਾਂ ਉਂਝ ਹੀ ਲੱਗਦਾ ਉਹਦੇ ਦਿਮਾਗ 'ਚ ਫਰਕ ਪੈ ਗਿਆ ਵਾ। ਤੁਹਾਨੂੰ ਤਾਂ ਚੰਗਾ ਭਲਾ ਪਤਾ ਹੀ ਆ ਕਿ ਮੰਮੀ ਅਤੇ ਵੀਰ ਜੀ ਅਤੇ ਭੂਆ ਜੀ ਇਹਨੂੰ ਲੈਣ ਗਏ ਸੀ, ਪਰ ਇਹ ਵੇਰ ਕੇ ਉੱਥੇ ਰਹੀ ਆ, ਆਪਣੀ ਇਹ ਆਕੜ ਨਹੀਂ ਛੱਡਦੀ ਹੈਗੀ, ਇਹਨਾਂ ਦੇ ਨਾਲ ਨਹੀਂ ਆਈ, ਬਸ ਇਸੇ ਕਰਕੇ ਹੀ ਉਹ ਵੀ ਔਖਾ ਹੋ ਗਿਆ ਕਿ ਹਾਂ ਜਾਂ ਇਹ ਆਉਂਦੀ ਨਹੀਂ ਆ ਅਤੇ ਇਹ ਸ਼ਰਾਬ ਪਾਣੀ ਪੀਣ ਡਿਆ ਪਿਆ। ਨਾਲੇ ਤੁਹਾਨੂੰ ਪਤਾ ਹੀ ਆ ਕਿ ਮੰਮੀ ਨੇ ਕਿੰਨਾ ਸੋਹਣਾ ਇਹਨੂੰ ਸੁਧਾਰਿਆ ਸੀ, ਪਹਿਲਾਂ ਸ਼ੁਰੂਆਤ 'ਚ ਨਸ਼ੇ ਪੱਤੇ ਕਰਦਾ ਸੀ ਅਤੇ ਹੁਣ ਐਨ ਸਾਰਾ ਕੁਛ ਵਧੀਆ ਹੋ ਗਿਆ ਸੀ, ਪਰ ਉਹਨੂੰ ਮਾਸਾ ਜਿੰਨੀ ਲੱਥੀ ਚੜੀ ਨਹੀਂ ਜੀ ਹੈਗੀ, ਉਹ ਆਪਣੀ ਆਕੜ 'ਚ ਅਜੇ ਵੀ ਉੱਦਾਂ ਹੀ ਰਹਿਣ ਡੀ ਜੇ। ਪਰ ਉੱਦਾਂ ਨਾ ਇਹ ਜਨਾਨੀ ਨੇ ਕਿਹਾ ਮੈਂ ਤੇਰਾ ਘਰ ਵਸਣ ਨਹੀਂ ਦੇਣਾ, ਸਿਰਫ ਪੇਕਿਆਂ ਜੋਗੀ ਜਾ। ਚਾਹ ਪੀਓ ਤੁਸੀਂ ਹੁਣ, ਠੰਡੀ ਹੋਣ ਡਈ ਹੈ। ਉੱਧਰ ਉਹ ਡੱਬੀ ਖੋਲ ਦੋ ਨਮਕੀਨ ਲਿਆਓ, ਖੋਲ ਲੈਣਾ ਕੋਈ ਨਹੀਂ, ਆ ਵੀ ਖੋਲ ਲੈ। ਗੁਰਮੇਲ ਵੀ ਸਗੋਂ ਆ ਜਾਂਦੀ ਤੇ ਚਾਹ ਪਾਣੀ ਪੀ ਲੈਂਦੀ ਨਾਲ ਹੋ ਗਿਆ। ਚੱਲ ਕੋਈ ਨਹੀਂ, ਉਹ ਖੇਡਣ ਡੀ ਆ। ਉਦਾਂ ਤੇ ਮੈਂ ਆਪ ਬੜੀ ਕਾਹਲੀ ਪਈ ਸੀ ਪਿੰਡ ਉਹਨੂੰ, ਆ ਮੰਮੀ ਤੇ ਸੱਟ ਨਾ ਨਾ ਲੱਗਦੀ ਤੇ ਮੈਂ ਤੇ ਆ ਹੀ ਜਾਣਾ ਸੀ। ਤੇਰੀ ਵੀ ਮੈਨੂੰ ਕੋਈ ਸਮਝ ਨਹੀਂ ਲੱਗਣ ਡੀ, ਹੁਣੇ ਕਹਿਣ ਡੀ ਆ ਕਿ ਮੰਮੀ ਨੂੰ ਸੱਟ ਲੱਗੀ ਆ, ਨਹੀਂ ਤੇ ਮੈਂ ਉਦਾਂ ਆ ਜਾਣਾ ਸੀ। ਆਉਂਦਿਆਂ ਤੂੰ ਮੈਨੂੰ ਕਹਿਣ ਡੀ ਸੀ ਕਿ ਆਪਾਂ ਚੱਲ ਚੱਲੀਏ, ਦੱਸ ਗੱਲ ਕੀ ਆ? ਤੇ ਬਾਕੀ ਮੈਂ ਤਾਂ ਕਹਿੰਦਾ ਕਿ ਮੰਮੀ ਦੇ ਜੇ ਸੱਟ ਲੱਗੀ ਆ ਤਾਂ ਮੈਂ ਵੀ 2 ਦਿਨ ਰਹਿ ਹੀ ਲੈਂਦਾ ਇੱਥੇ। ਕਿੱਦਾਂ ਦੀਆਂ ਗੱਲਾਂ ਕਰੀ ਜਾਣ ਡੇ ਜੇ, ਅੱਗੇ ਤੇ ਤੁਸੀਂ ਘਰ ਸੀ ਤੇ ਮੈਨੂੰ ਕੋਈ ਫਿਕਰ ਨਹੀਂ ਸੀਗੀ ਵੀ ਕਿ ਮੈਂ 4 ਦਿਨ ਘਰ ਨਹੀਂ ਜੇ ਸੁਣਨਾ ਛੱਡਣਾ, ਹਾਂ ਕੰਮ ਨਾ ਕਰਿਓ, ਮੈਂ ਤੇ ਕਹਿਣ ਡੀ ਆ ਕੋਈ ਗੱਲ ਨਹੀਂ, ਆਪੇ ਮੰਮੀ ਨੇ ਚੋਲ ਚਾਲ ਬਣਾ ਕੇ ਆਪਣਾ ਗੁਜ਼ਾਰਾ ਕਰ ਲੈਣਾ, ਆਪਾਂ ਆਪਣੇ ਘਰ ਚੱਲੀਏ ਵੀ। ਤੂੰ ਘਰ ਦੀ ਫਿਕਰ ਨਾ ਕਰ, ਕੈਮਰੇ ਘਰ ਲੱਗੇ ਆ, ਫੋਨ ਤੇ ਸਾਰਾ ਕੁਝ ਇੱਥੇ ਪਤਾ ਲੱਗਣ ਡਿਆ ਕੀ ਘਰ ਹੋਣ ਡਿਆ ਤੇ ਕੀ ਨਹੀਂ। ਨਾਲੇ ਮੈਂ ਚਾਬੀਆਂ ਮਨਪ੍ਰੀਤ ਭਾਬੀ ਨੂੰ ਦੇ ਕੇ ਆਇਆ, ਉਹਨੂੰ ਮੈਂ ਕਹਿ ਕੇ ਆਇਆ ਕਿ ਮਿਸਤਰੀਆਂ ਨੂੰ ਸਵੇਰੇ ਗੇਟ ਖੋਲ ਦੀ, ਚਾਹ ਪਾਣੀ ਉਹਨਾਂ ਨੂੰ ਬਣਾ ਕੇ ਦੇ ਦੀ, ਰੋਟੀ ਪਾਣੀ ਮਿਸਤਰੀਆਂ ਆਪ ਲੈ ਆਉਣਾ। ਤੁਹਾਨੂੰ ਨਾ ਉਹਦਾ ਮੇਰੇ 'ਤੇ ਯਕੀਨ ਤਾਂ ਨਹੀਂ ਹੈਗਾ ਵੀ, ਪਰ ਆਹ ਤੁਸੀਂ ਘਰ ਸੁਣਨਾ ਛੱਡ ਕੇ ਨਾ ਮੈਨੂੰ ਹੌਲ ਪੈਣ ਡੇ, ਮੈਨੂੰ ਪੁੱਛ ਕੇ ਵੇਖੋ ਮੇਰੇ ਦਿਲ 'ਤੇ ਕੀ ਬੀਤਣ ਡੀ ਆ। ਮੰਮੀ ਤੁਸੀਂ ਵੀ ਇਹਨਾਂ ਨੂੰ ਕਹੋ ਘਰ ਉੱਥੇ ਹੀ ਆ, ਕੋਈ ਚੁੱਕ ਕੇ ਨਹੀਂ ਲੈ ਚੱਲਿਆ ਘਰ ਸਾਡਾ, ਤੈਨੂੰ ਹੌਲ ਪੈਣ ਡੇ ਆ।
ਮੈਂ ਕਹਿਣ ਡਿਆ ਕੈਮਰੇ ਲੱਗੇ ਸਾਰਾ ਕੁਝ ਇੱਥੇ ਪਤਾ ਲੱਗਣ ਡਿਆ ਕੀ ਚੱਲਦਾ ਕੀ ਨਹੀਂ ਉੱਥੇ। ਵੇ ਮੇਰਾ ਫਿਕਰ ਨਾ ਤੁਸੀਂ ਕਰੋ, ਮੈਂ ਆਪਣੇ ਵਾਸਤੇ ਦੋ ਰੋਟੀਆਂ ਪਕਾ ਲਿਆ ਕਰਨੀਆਂ ਜਾਂ ਕਿ ਖਿਚੜੀ ਖੁਚੜੀ ਰਿੰਨ ਕੇ ਗੁਜ਼ਾਰਾ ਕਰ ਲੈਣਾ ਵਾ, ਤੁਸੀਂ ਆਪਣਾ ਘਰ ਸਾਂਭੋ ਜਾ ਕੇ। ਚਲੋ ਠੀਕ ਆ, ਮਰਜ਼ੀ ਤੁਹਾਡੀ, ਚੱਲ ਜਾਂਗੇ ਫਿਰ ਸਵੇਰੇ। ਸਵੇਰੇ? ਚਲੋ ਕੋਈ ਗੱਲ ਨਹੀਂ, ਫਿਰ ਸਵੇਰੇ ਚੱਲ ਜਾਂਗੇ। ਤੇ ਸਵੇਰੇ ਜਾਣਾ, ਹੁਣ ਤਾਂ ਧੁੰਦ ਇੰਨੀ ਪੈ ਗਈ ਆ ਬਾਹਰ, ਵੱਜਣਾ ਕਿਸੇ ਦੇ ਵਿੱਚ? ਨਹੀਂ ਨਹੀਂ ਸੁਖੀ ਸੰਦੀ, ਵੱਜਣਾ ਕਿਹੜੀ ਗੱਲ, ਉਹ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਹੁੰਦੇ ਜੀ, ਮੂੰਹ ਇੱਦਾਂ ਦੀਆਂ ਗੱਲਾਂ ਨਾ ਕੱਢਿਆ ਕਰੋ, ਅੱਗੇ ਕੀ ਪਤਾ ਉਹ ਕਿੱਦਾਂ ਦੀਆਂ ਗੱਲਾਂ ਕੱਢਦੀ ਸੀ ਤੇ ਵੇਖ ਲਓ ਕੀ ਕੁਛ ਬਣ ਗਿਆ ਆਪਣੇ ਘਰ ਦੇ ਵਿੱਚ। ਚੱਲ ਗੱਲਾਂ ਨਾ ਕਰੀ ਜਾਓ, ਚਾਹ ਠੰਡੀ ਹੋਣ ਦੀ ਪੀਓਗਾ ਹੁਣ। ਤੂੰ ਵੀ ਲੈ ਆਉਣੀ ਸੀ ਆਪਣੇ ਵਾਸਤੇ? ਉਹ ਨਹੀਂ ਨਹੀਂ ਮੰਮੀ, ਤੁਹਾਨੂੰ ਪਤਾ ਮੈਨੂੰ ਸਾੜ ਬੜਾ ਪੈਂਦਾ ਚਾਹ ਪੀਤਿਆਂ। ਸਟੋਰੀ ਤੋਂ ਮਾਵਾਂ ਧੀਆਂ ਇੰਜ ਸੁਣਾਉਂਦੀਆਂ ਕਿ ਜਿੱਦਾਂ ਹਿੰਦੀ ਫਿਲਮ ਦੀ ਰੀਅਲ ਹੀ ਸਟੋਰੀ ਹੋਵੇ। ਜੇ ਕੋਈ ਅਣਜਾਣ ਬੰਦਾ ਸੁਣਨ ਡਿਆ ਹੋਵੇ ਨਾ ਤਾਂ ਸੱਚ ਹੀ ਸਮਝ ਪਵੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਵੀ ਵਿੱਕੀ ਆ। ਕੋਈ ਗੱਲ ਨਹੀਂ, ਜੇ ਹੁਣ ਤੁਸੀਂ ਮੈਨੂੰ ਫਿਲਮ ਦੀ ਸਟੋਰੀ ਸੁਣਾਈ ਆ ਨਾ ਤਾਂ ਮੈਂ ਵੀ ਫਿਰ ਦੀ ਐਂਡ ਹੁਣ ਕਰਕੇ ਹੀ ਜਾਊਂ। ਮੈਸੇਜ ਤਾਂ ਮੈਂ ਕਮਲ ਨੂੰ ਕਰ ਦਿੱਤਾ ਆ, ਬਸ ਵੇਟ ਆ ਹੁਣ ਉਹਦੇ ਆਉਣ ਦੀ। ਫਿਕਰ ਨਾ ਕਰੋ, ਅੱਜ ਜਿਹੜੀ ਫਿਲਮ ਤੁਸੀਂ ਚਾਲੂ ਕੀਤੀ ਆ ਨਾ ਇਹਦਾ ਦੀ ਐਂਡ ਮੈਂ ਹੀ ਕਰਨਾ। ਹੁਣ ਕੀ ਕਰਨਾ ਆ? ਮੰਮੀ ਇਹ ਤਾਂ ਗਿੱਲਾ ਪੀਣੋ ਪਾ ਕੇ ਬਹਿ ਗਿਆ ਵਾ, ਉਹਦਾ ਤਾਂ ਇੱਕ ਗੱਲ ਆ, ਜਿੰਨਾ ਆਪਾਂ ਦੋਵਾਂ ਮਾਵਾਂ ਧੀਆਂ ਨੇ ਡਰਾਤਾ ਹੁਣ, ਲੇਕਿਨ ਇੱਕ ਗੱਲਬਾਤ ਨਹੀਂ ਕਰਨੀ। ਜੇ ਆਪਾਂ ਰਾਤ ਵੀ ਰਹਿ ਲਏ ਆ ਨਾ ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਹੁਣ ਤਾਂ ਉੱਦਾਂ ਉਹਨਾਂ ਨੇ ਖਾਧੀ ਪੀਤੀ ਜਾਣਾ ਅਤੇ ਸਵੇਰੇ ਬਨੇਰੇ ਆਪਾਂ ਉੱਦਾਂ ਹੀ ਚੱਲ ਜਾਣਾ। ਹਾਂ ਹੈ ਨਾ, ਸਭ ਤੋਂ ਨਿਕਲ ਜਾਓ ਨਾ। ਪਰ ਉੱਦਾਂ ਮੇਰਾ ਦਿਲ ਬੜਾ ਥੱਕ ਥੱਕ ਜਿਹਾ ਕਰ ਲਿਆ, ਡਰ ਜਿਹਾ ਤਾਂ ਫਿਰ ਵੀ ਹੁੰਦਾ ਹੀ ਆ ਨਾ, ਕਿਉਂਕਿ ਇਹ ਤੇਜ਼ ਬੜਾ ਵਾ। ਚਲ ਵੇਖੀ ਜੇ ਕਿ ਜੋ ਹੋਏਗਾ। ਚਲੋ ਕੋਈ ਗੱਲ ਨਹੀਂ, ਤੁਸੀਂ ਬਾਹਰ ਜਾ, ਇਹਦੇ ਵਿੱਚ ਮੈਂ ਰੋਟੀ ਪਾਣੀ ਬਣਾਉਂਦੀ ਹਾਂ। ਹੈਂ, ਮੈਂ ਕਰਾਉਂਦੀ ਤੇਰੇ ਨਾਲ। ਆਹੋ ਕਿ ਤੁਸੀਂ ਮੇਰੇ ਨਾਲ ਕਰਾਓ, ਸਾਰੇ ਕਿਤੇ ਕਟਰਾਈ 'ਤੇ ਪਾਣੀ ਫਿਰ ਜੇ, ਉਹਨੂੰ ਝੱਟ ਪਤਾ ਲੱਗ ਜਾਣਾ ਕਿ ਅਸੀਂ ਜਾਣ ਕੇ ਪੱਟੀਆਂ ਬੰਨੀਆਂ। ਕਿਉਂ ਨਹੀਂ ਮੰਮੀ, ਤੁਹਾਨੂੰ ਚੇਤਾ ਹੁੰਦਾ ਹਰ ਗੱਲ, ਮੈਨੂੰ ਚੇਤਾ ਕਰਾਉਣੀ ਪੈਂਦੀ ਹੈ ਤੁਹਾਨੂੰ। ਅਤੇ ਫਿਰ ਡਈ ਰਹਿ ਇਕੱਲੀ, ਮੈਂ ਫਿਰ ਕੋਈ ਗੱਲ ਨਹੀਂ, ਮੈਨੂੰ ਇਕੱਲੀ ਨੂੰ, ਮੈਂ ਗੜੀ ਗੜੀ ਬਰਾਤ ਦੀ ਰੋਟੀ ਤਿਆਰ ਕਰਨੀ ਆ, ਦੋ ਤਿੰਨ ਫੁਲਕੇ ਲਾਉਣੇ ਸਾਰੇ। ਪੈ ਜਾ ਮੈਂ ਰਜਾਈ 'ਚ ਫਿਰ। ਜਾਓ ਜਾਓ। ਬਾਹਰ ਤਾਂ ਵਾਹਵਾ ਹੀ ਹਨੇਰਾ ਹੋ ਗਿਆ, ਨਾਲੇ ਇੱਕ ਫੇਰਾ ਮਾਰ ਆਉਂਦੀ ਹਾਂ ਅਤੇ ਨਾਲੇ ਗੇਟ ਬੰਦ ਕਰ ਆਉਂਦੀ ਹਾਂ, ਮਿਸਤਰੀ ਤਾਂ ਚਲੀ ਗਏ ਹੋਣੇ ਆ, ਚੱਲ ਆਣ ਕੇ ਕਰਦੀ ਹਾਂ ਕੰਮ। ਮਿਸਤਰੀ ਤਾਂ ਜਾਂਦੇ ਚਲ ਗਏ ਆ, ਅਤੇ ਇੰਝ ਕਰਦੀ ਹਾਂ ਬੂਹਾ ਬੰਦ ਕਰਕੇ ਤਾਂ ਚਲ ਜਾਂਦੀ ਹਾਂ।
ਮੰਮੀ ਜੀ, ਮੰਮੀ ਵੀਰ ਜੀ ਆ ਗਏ ਜੇ। ਹੈਂ? ਹਾਂਜੀ ਹਾਂਜੀ। ਹੁਣ ਕੀ ਬਣੂ? ਮੈਨੂੰ ਡਰ ਜਿਹਾ ਲੱਗੀ ਜਾਣ ਡਿਆ। ਵੇਖਾ ਕਿਹੜੇ ਕਮਰੇ ਚ ਪਿਆ ਆ ਉਹ ਮੁੰਡਿਆ। ਅਜੇ ਕਹਿੰਦੇ ਕਿਹੜੇ ਕਮਰੇ ਚ